ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਨਿਰੰਤਰ ਵੱਧ ਰਹੇ ਹਨ, ਜਦੋਂ ਕਿ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ। ਫਿਰੋਜ਼ਪੁਰ ਵਿੱਚ ਕੋਰੋਨਾ ਵਾਇਰਸ ਦੇ 130 ਸਰਗਰਮ ਮਰੀਜ਼ ਹਨ। ਫਿਰ ਵੀ ਫਿਰੋਜ਼ਪੁਰ ਦੇ ਜ਼ਿਆਦਾਤਰ ਲੋਕ ਬਾਜ਼ਾਰਾਂ ਵਿੱਚ ਮਾਸਕ ਨਹੀਂ ਪਹਿਨ ਰਹੇ ਹਨ। ਉਹ ਲੋਕ ਅਜੇ ਵੀ ਬਾਜ਼ਾਰਾਂ ਵਿੱਚ ਬਿਨਾਂ ਪੁੱਜਦੇ ਦਿਖਾਈ ਦਿੰਦੇ ਹਨ। ਜਦੋਂ ਸਾਡੀ ਟੀਮ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਬਗੈਰ ਮਾਸਕ ਕਿਉਂ ਬਾਜ਼ਾਰ ਵਿੱਚ ਘੁੰਮ ਰਹੇ ਹੋ, ਤਾਂ ਤੁਸੀਂ ਮਾਸਕ ਕਿਉਂ ਨਹੀਂ ਪਹਿਨ ਰਹੇ, ਤਾਂ ਉਹਨਾਂ ਕਿਹਾ ਕਿ ਇਕੱਲੇ ਵਿਅਕਤੀ ਸਾਈਕਲ 'ਤੇ ਮਾਸਕ ਨਹੀਂ ਪਾਉਂਦਾ, ਜਦੋਂ ਭੀੜ ਹੁੰਦੀ ਹੈ ਤਾਂ ਅਸੀਂ ਮਾਸਕ ਪਹਿਨਦੇ ਹਾਂ, ਅਤੇ ਬਹੁਤ ਸਾਰੇ ਲੋਕਾਂ ਨੇ ਹੋਰ ਬਹਾਨੇ ਬਣਾਏ। ਮਾਸਕ ਪਹਿਨਣ ਲੋਕਾਂ ਨੇ ਕਿਹਾ ਕਿ ਜਿਹੜੇ ਲੋਕ ਮਾਸਕ ਨਹੀਂ ਪਹਿਨ ਰਹੇ ਹਨ, ਜਿਸ ਕਾਰਨ ਕੋਰੋਨਾ ਵਾਇਰਸ ਇੱਕ ਦੂਜੇ ਵਿੱਚ ਫੈਲ ਰਹੇ ਹਨ, ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਪੁਲਿਸ ਅਧਿਕਾਰੀ ਕਿਰਪਾਲ ਸਿੰਘ ਨੇ ਕਿਹਾ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਅਤੇ ਲੋਕਾਂ ਦੇ ਚਲਾਨ ਵੀ ਕੱਟ ਰਹੇ ਹਾਂ ਜੋ ਹਦਾਇਤਾਂ ਨੂੰ ਪਾਲਣ ਨਹੀਂ ਕਰ ਰਹੇ ਅਤੇ ਮਾਸਕ ਬਗੈਰ ਘੁੰਮ ਰਹੇ ਹਨ। ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਮਾਸਕ ਇਸ ਕਰਕੇ ਨਹੀਂ ਪਾਈਦਾ ਜੀ, ਅਜੇ ਕੋਈ ਪਾਉਣ ਨਹੀਂ ਲੱਗਾ, ਜਦੋਂ ਭੀੜ ਭੋੜ ਵਾਲੇ ਇਲਾਕਿਆਂ 'ਚ ਜਾਈਦਾ ਉਦੋਂ ਮਾਸਕ ਪਾ ਲਈਦਾ। ਕੋਈ ਤਾਂ ਇੱਦਾਂ ਜੀ ਵੇਖ ਕੇ ਫਿਰ ਪਾਉਣਾ ਪੈਂਦਾ ਜੀ, 500 ਦਾ ਚਲਾਨ ਕਰਨ ਦੇ ਨਹੀਂ ਜਾਈ ਚਾਹੀਦਾ ਜੀ। ਸਰ ਐਵੇਂ ਹੈ ਕਿ ਜਦੋਂ ਇਕੱਲੇ ਮੋਟਰਸਾਈਕਲ ਚਲਾਈਦਾ ਫਿਰ ਮਾਸਕ ਨਹੀਂ ਪਾਈਦਾ, ਜਦੋਂ ਭੀੜ ਭਾੜ 'ਚ ਜਾਈਦਾ ਅਤੇ ਮਾਸਕ ਜੇ 'ਚ ਰੱਖੀਦਾ ਜੀ, ਅਤੇ ਉਦੋਂ ਲਾ ਲਈਦਾ ਜੀ। ਨਹੀਂ ਜੀ ਨਹੀਂ, ਜਦੋਂ ਭੀੜ ਭਾੜ ਆਪਾਂ 'ਚ ਜਾਈਦਾ ਅਤੇ ਫਿਰ ਲਾ ਲਈਦਾ, ਨਹੀਂ ਤਾਂ ਉਹ ਇਕੱਲੇ ਫਿਰ ਕਿਸੇ ਨੂੰ ਵੀ ਨਹੀਂ ਲਾਏ ਦੇਖਦੇ, ਅਤੇ ਜਦੋਂ ਮੋਰਜਾ ਹੋ ਜਾਂਦਾ ਅਤੇ ਫਿਰ ਮਾਸਕ ਪਾ ਲਈਦਾ ਜੀ। ਦਿਨੇਸ਼ ਕੁਮਾਰ ਜੀ, ਸੋਨੂੰ ਕਨੌਜੀਆ। ਸਰ ਇਸ ਤਰ੍ਹਾਂ ਇਹੀ ਅਣਗਹਿਲੀ ਆਪਾਂ ਪਿਛਲੇ ਸਾਲ ਕੀਤੀ ਸੀ ਅਤੇ ਇਹੀ ਅਣਗਹਿਲੀ ਹੁਣ ਦੁਬਾਰਾ ਤੋਂ ਲੋਕਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ। ਅਤੇ ਜੇ ਸਰਕਾਰ ਆਪਣਾ ਵਾਸਤੇ ਕੁਛ ਕਹਿ ਰਹੀ ਹੈ ਤਾਂ ਇਟ ਮੀਨਸ ਕੋਈ ਨਾ ਕੁਛ ਅਣਹੋਣੀ ਦਾ ਚਾਂਸ ਹੈਗੇ। ਕਿਸ ਤਰ੍ਹਾਂ ਦੇ ਲੋਕਲ ਸਰ ਮੈਸੇਜ ਤਾਂ ਇਹੀ ਹੈ ਵੀ ਆਪਣਾ ਪੂਰਾ ਆਪਣਾ ਅਤੇ ਆਪਣਿਆਂ ਦਾ ਪੂਰਾ ਖਿਆਲ ਰੱਖੋ, ਮਾਸਕ ਪਾਓ, ਡਿਸਟੈਂਸ ਰੱਖੋ ਅਤੇ ਆਪਣਾ ਸਿਹਤ ਦਾ ਖਿਆਲ ਰੱਖੋ, ਜੰਕ ਫੂਡ ਵਗੈਰਾ ਤੋਂ ਪਰਹੇਜ਼ ਕਰੋ। ਆਉਣ ਵਾਲਾ ਸਮਾਂ ਬਹੁਤ ਘਾਤਕ ਹੋਣ ਦੇ ਆਸਾਰ ਹੈ ਜੇਕਰ ਆਪਾਂ ਇਹਨਾਂ ਨੂੰ ਨਹੀਂ ਮਤਲਬ ਰੋਕਿਆ ਗਿਆ। ਕੀ ਨਾਮ ਹੈ? ਸਤੀਸ਼ ਕੁਮਾਰ। ਕੋਵਿਡ-19 ਜਿਹਦਾ ਹੁਣ ਫਿਰ ਇੱਕ ਥੋੜ੍ਹਾ ਜਿਹਾ ਤੇਜ਼ੀ ਨਾਲ ਵੱਧ ਰਿਹਾ ਆ ਉਹ, ਇਸ ਕਰਕੇ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਵੀ ਤੁਸੀਂ ਮਾਸਕ ਪਾ ਕੇ ਰੱਖੋ, 6 ਫੁੱਟ ਦੀ ਦੂਰੀ 'ਤੇ ਰਹੋ, ਥੁੱਕੋ ਨਾ ਅਤੇ ਪ੍ਰਕੋਸ਼ਨ ਕਰੋ ਸਾਰੇ, ਤਾਂ ਜੋ ਕਿਸੇ ਨੂੰ ਹੁਣ ਫੈਲ ਨਾ ਜਾਵੇ ਹੋਰ। ਬਸੀ ਕੰਟਰੋਲ ਕਾਫੀ ਹੋ ਗਿਆ ਆ, ਲੇਕਿਨ ਜੇ ਆਪਾਂ ਅਵੇਅਰ ਨਹੀਂ ਹੋਵਾਂਗੇ ਤਾਂ ਫਿਰ ਇਹ ਜ਼ਿਆਦਾ ਵਧੂਗਾ। ਅਸੀਂ ਹੁਣ ਚਲਾਨ ਸ਼ੁਰੂ ਕੀਤੇ ਆ ਲੋਕਾਂ ਦੇ ਕਾਰਨ ਜਿਹੜੇ ਮਾਸਕ ਨਹੀਂ ਪਾਉਂਦੇ, ਅਤੇ ਅਸੀਂ ਆਪਣੇ ਵੱਲੋਂ ਮਾਸਕ ਲੋਕਾਂ ਨੂੰ ਵੰਡਦੇ ਵੀ ਪਏ ਆ ਜੀ। ਜੀ ਵੀ ਮਾਸਕ ਪਾ ਕੇ ਰੱਖੋ, 6 ਫੁੱਟ ਦੀ ਦੂਰੀ ਬਣਾ ਕੇ ਰੱਖੋ, ਬੇਵਜ੍ਹਾ ਨਾ ਘੁੰਮੋ, ਭੀੜ ਭਾੜ ਵਾਲੀ ਜਗ੍ਹਾ 'ਤੇ ਨਾ ਜਾਓ, ਅਤੇ ਤਾਂ ਜੋ ਤੁਸੀਂ ਵੀ ਸੁਰੱਖਿਅਤ ਰਹੋ ਅਤੇ ਤੁਹਾਡੇ ਘਰ ਦੇ ਵੀ ਸੁਰੱਖਿਅਤ ਰਹਿਣ। ਸਰ ਹਾਂਜੀ, ਅਸੀਂ ਕਰ ਰਹੇ ਹਾਂ ਚਲਾਨ, ਵੀ ਹੁਣ ਵੀ ਕਰ ਰਹੇ ਹਾਂ ਚਲਾਨ, ਅਤੇ ਜੇ ਲੋਕ ਨਾ ਸੁਧਰੇ ਤਾਂ ਫਿਰ ਇਹ ਜ਼ਿਆਦਾ ਕਰਾਂਗੇ ਚਲਾਨ।